ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰੇ ਇਨਸਾਨ ਨਾਲ ਮਿਲਾਉਣ ਜਾ ਰਿਹਾ ਹਾਂ, ਜਿਹਨੇ ਜਦੋਂ ਇੱਥੇ ਘਰ ਪਾਇਆ ਉਦੋਂ ਕੋਈ ਵੀ ਦਰਖਤ ਨਹੀਂ ਸੀ। ਭਰਾ ਨੇ ਇੰਨਾ ਦਰਖਤਾਂ ਨਾਲ ਪਿਆਰ ਹੈ ਵੀ ਸਾਰੇ ਪਾਸੇ ਦਰਖਤ ਹੀ ਦਰਖਤ ਲਗਾ ਤੇ, ਅਤੇ ਨਾਲ ਪੰਛੀਆਂ ਦੇ ਲਈ ਰਹਿਣ ਬਸੇਰੇ ਵੀ ਲਗਾਏ ਆ, ਕਿਉਂਕਿ ਪੰਛੀਆਂ ਦੇ ਲਈ ਰਹਿਣ ਬਸੇਰੇ ਲਗਾਉਣੇ ਵੀ ਜ਼ਰੂਰੀ ਸੀ, ਕਿਉਂਕਿ ਸਾਰੇ ਪੰਛੀ ਰੁੱਖਾਂ 'ਤੇ ਆਲ੍ਹਣੇ ਨਹੀਂ ਬਣਾਉਂਦੇ ਅਤੇ ਸਾਰੇ ਪੰਛੀ ਖੁੱਡਾਂ ਦੇ ਵਿੱਚ ਆਲ੍ਹਣੇ ਨਹੀਂ ਬਣਾਉਂਦੇ। ਅਤੇ ਦੋਨੇ ਉਹ ਪਤੀ ਪਤਨੀ ਜਿਹੜੀ ਸੇਵਾ ਕਰਦੇ ਆ ਬੇਜਵਾਨਾਂ ਦੀ, ਆਹ ਦੇਖੋ ਇਹਨਾਂ ਦੇ ਵਿੱਚ ਝਾੜੀਆਂ ਦੇ ਵਿੱਚ ਵੀ ਲੱਗੇ ਹੋਏ ਆ, ਅਤੇ ਆਹ ਚਾਰੇ ਪਾਸੇ ਦਰਖਤ ਵੀ ਲਗਾਏ ਹੋਏ ਆ। ਅਤੇ ਨਾਲ ਮੈਂ ਤੁਹਾਨੂੰ ਹੋਰ ਦੱਸਦਾ, ਆਹ ਦੇਖੋ ਝਾੜੀ ਲਾਈ ਆ, ਬੇਰੀ ਲਾਈ ਆ, ਇਹਦੇ ਵਿੱਚ ਚਿੜੀਆਂ ਰਹਿੰਦੀਆਂ ਨੇ, ਸੇਫ ਫੀਲ ਕਰਦੀਆਂ ਨੇ ਆਪਣੇ ਆਪ ਨੂੰ। ਆਹ ਦੇਖੋ ਇਹਨਾਂ ਨੇ ਬੇਰੀ ਵੀ ਲਗਾਈ ਹੋਈ ਆ, ਕਿਉਂਕਿ ਬੇਰੀ ਦੇ ਵਿੱਚ ਚਿੜੀਆਂ ਸੇਫ ਰਹਿੰਦੀਆਂ ਨੇ। ਇੱਕ ਸਭ ਤੋਂ ਵੱਡੀ ਗੱਲ, ਆ ਪੂਲ ਬਣਾਇਆ ਹੋਇਆ ਦੇਖੋ, ਪੂਲ ਇਹ ਸਪੈਰੋ ਦੇ ਲਈ ਹੀ ਬਣਾਇਆ, ਇਹ ਪੰਛੀਆਂ ਦੇ ਲਈ ਹੀ ਬਣਾਇਆ। ਅੰਜੀਰਾਂ ਲੱਗੀਆਂ ਨੇ ਚਾਰੇ ਪਾਸੇ, ਆ ਦੇਖੋ ਗਿਟਾਰ ਬੈਠੀ ਕੌਣ ਮੈਨਾ, ਅਤੇ ਆਹ ਦੇਖੋ ਬਾਈ ਹੋਰਾਂ ਨੇ ਚਾਰੇ ਪਾਸੇ ਰਹਿਣ ਬਸੇਰੇ ਲਾਏ ਹੋਏ ਆ, ਦਰਖਤ ਲਾਏ ਹੋਏ ਆ। ਬਹੁਤ ਸਾਰੇ ਭਰਾ ਕਹਿਣ ਲੱਗ ਜਾਂਦੇ ਵੀ ਦਰਖਤ ਨਹੀਂ, ਦਰਖਤ ਲਗਾਓ ਪੰਛੀ ਆਲ੍ਹਣੇ ਆਪੇ ਬਣਾ ਲੈਣਗੇ। ਆਹ ਦੇਖੋ ਚਾਰੇ ਪਾਸੇ, ਪਹਿਲਾਂ ਆਪਾਂ ਮਿਲਾਉਂਦੇ ਹਾਂ ਫਿਰ ਬਾਈ ਹੋਰਾਂ ਤੋਂ ਹੀ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਆਹ ਲੱਗ ਗਈ ਆ ਜੀ। ਹਾਂਜੀ, ਅੱਜ ਦੇ ਦੌਰ ਦੇ ਵਿੱਚ ਜਿਵੇਂ ਪਿੰਡਾਂ ਦੇ ਵਿੱਚ ਤਾਂ ਮੈਂ ਲੋਕ ਸੁਣਦਾ ਵੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਆ, ਹੈ ਨਾ, ਪਰ ਸ਼ਹਿਰਾਂ ਦੇ ਵਿੱਚ ਆ ਕੇ ਬੰਦਾ ਟੁੱਟ ਜਾਂਦਾ ਆਪਣੀਆਂ ਜੜ੍ਹਾਂ ਨਾਲੋਂ। ਅਤੇ ਤੁਸੀਂ ਫਿਰ ਵੀ ਇਹਨਾਂ ਬੇਜਵਾਨਾਂ ਦੇ ਲਈ ਸੋਚਦੇ ਹੋ, ਇਹਨਾਂ ਪੰਛੀਆਂ ਲਈ ਸੋਚਦੇ ਹੋ, ਜਾਨਵਰਾਂ ਲਈ ਸੋਚਦੇ ਹੋ, ਵੀ ਤੁਹਾਡੇ ਮਨ ਦੇ ਵਿੱਚ ਬਾਈ ਖਿਆਲ ਕਿਵੇਂ ਆਇਆ? ਕਿੰਨੇ ਕੁ ਸਾਲਾਂ ਤੋਂ ਇਹ ਸੇਵਾ ਦੇ ਵਿੱਚ ਲੱਗੇ ਹੋਏ? ਲਗਾ ਤਾਂ ਸ਼ੁਰੂ ਤੋਂ ਹੀ ਆ ਜੀ। ਹਾਂਜੀ, ਬਾਕੀ ਮੇਰੀ ਵਾਈਫ ਆ। ਹਾਂਜੀ, ਇਹਨਾਂ ਨੂੰ ਪੂਰਾ ਲਗਾ ਵਾ ਪੰਛੀਆਂ ਨਾਲ। ਅੱਛਾ ਜੀ, ਡੋਗ ਲਵਰ ਸਾ ਬਹੁਤ ਜ਼ਿਆਦਾ ਹੈ ਜੀ। ਸਵੇਰੇ ਉੱਠ ਕੇ ਦੱਸੋ ਤੁਸੀਂ ਕੀ ਕੀਤੀ ਇਹਨਾਂ ਡੋਗ ਨੂੰ? ਸੁਬਹ ਸੁਬਹ ਉੱਠ ਕੇ ਇਹਨਾਂ ਲਈ ਮੈਂ ਜਿਵੇਂ ਰੋਟੀ ਬਣਾ ਲਈ ਜੀ, ਸਪੈਸ਼ਲੀ ਇਹਨਾਂ ਵਾਸਤੇ ਲੱਡੂ ਹੁੰਦੇ ਆ ਜੀ। ਹਾਂਜੀ, ਇਹਨਾਂ ਨੇ ਕੋਈ ਵੀ ਚੀਜ਼ ਨਹੀਂ ਖਾਣੀ ਫਾਲਤੂ ਜੀ, ਚਾਹੇ ਚਿੜੀਆਂ ਹੋਣ, ਚਿੜੇ ਹੋਣ, ਚਾਹੇ ਇਹ ਡੋਗੀ ਹੋਣ ਜੀ, ਇਹਨਾਂ ਵਾਸਤੇ ਸਵੇਰੇ 5 ਵਜੇ ਇੱਥੇ ਖਾਣਾ ਲੱਗ ਜਾਂਦਾ ਹੈ ਸੁਬਹ। ਠੀਕ ਹੈ ਜੀ। ਹਾਂਜੀ, ਕਿਉਂਕਿ ਇਹਨਾਂ ਦੇ ਬੱਚਿਆਂ ਨੇ ਇਹਨਾਂ ਖੋਣਾ ਹੁੰਦਾ ਜੀ ਜੀ। ਹਾਂਜੀ, ਬਟ ਇਹਨਾਂ ਲਈ ਮੈਨੂੰ ਇੰਨਾ ਵਧੀਆ ਲੱਗਦਾ ਨਾ ਖੋਣਾ ਪਿਓਣਾ ਜੀ, ਕਿ ਜਿਸ ਤਰ੍ਹਾਂ ਮੇਰੇ ਆਪਦੇ ਬੱਚੇ ਹੁੰਦੇ ਆ। ਠੀਕ ਹੈ ਜੀ। ਹਾਂਜੀ, ਜਿਸ ਤਰ੍ਹਾਂ 2-3 ਵਾਰ ਬਾਜ਼ ਵੀ ਆਇਆ ਜੀ, ਮੈਨੇ ਪਿੱਛੇ ਜਾਣਾ ਦੇਖਣਾ ਜੀ, ਬੱਚਿਆਂ ਨੂੰ ਤਾਂ ਨਹੀਂ ਖਾਂਦਾ, ਅੱਗੇ ਆ ਜਾਣਾ ਉਹਨੇ ਜੀ। ਹਾਂਜੀ, ਅੱਗੇ ਆਇਆ ਨਾ ਇੱਥੇ ਬਹਿ ਜਾਣਾ ਉੱਪਰ ਜੀ, ਮੈਂ ਭਜਾਉਣਾ। ਬਟ ਮੈਨੂੰ ਬਹੁਤ ਵਧੀਆ ਲੱਗਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ, ਮੈਂ ਨਹੀਂ ਦੇਖਦੀ ਵੀ ਕੋਠੀਆਂ ਲੋਕ ਕੋਠੀਆਂ ਬਣਾ ਰਹੇ ਆ ਜੀ, ਪਰ ਇਹਨਾਂ ਚੀਜ਼ਾਂ ਨੂੰ ਭੁੱਲ ਗਏ ਜੀ। ਹਾਂਜੀ, ਇਹ ਆਪਣਾ ਜਿਵੇਂ ਪਿੰਡਾਂ 'ਚ ਹੁੰਦਾ ਸ਼ਹਿਰਾਂ 'ਚ ਨਹੀਂ ਹੁੰਦਾ। ਹਾਂਜੀ, ਬਹੁਤ ਸਾਰੇ ਲੋਕ ਕਹਿੰਦੇ ਆ ਵੀ ਪੱਤੇ ਸੁੱਟਦੇ ਆ, ਹੁਣ ਤਾਂ ਬਹੁਤ ਸਾਰੇ ਘਰਾਂ ਦੇ ਪਿੰਡਾਂ ਦੇ ਵਿੱਚ ਵੀ ਇਹ ਹੋ ਗਿਆ ਵੀ ਪੱਤੇ ਸੁੱਟਦੇ ਆ ਵੀ ਆਪਾਂ, ਪਿੰਡਾਂ ਦੇ ਲੋਕ ਵੀ ਦਿਖਾਵਾ ਬਣ ਗਿਆ। ਹਾਂਜੀ ਹਾਂਜੀ, ਘਰ ਜਿੰਨੇ ਕੋਠੀਆਂ ਬਣਾਈ ਜਾਂਦੀਆਂ ਉਹਨਾਂ ਨੂੰ ਇਹ ਹੁੰਦਾ ਸਾਡੇ ਕੋਠੇ 'ਤੇ ਕੋਈ ਕਬੂਤਰ ਤਾਂ ਨਹੀਂ ਬੈਠਾ, ਹਾਂਜੀ ਕੋਈ ਚਿੜੀ ਤਾਂ ਨਹੀਂ ਬੈਠੀ, ਹਾਂਜੀ ਕੁੱਤਾ ਆ ਗਿਆ ਕੱਢੋ ਬਾਹਰ। ਹਾਂਜੀ, ਜੇ ਆਪਾਂ ਨੇ ਇਹਨਾਂ ਦੀ ਕੇਅਰ ਕਰਾਂਗੇ ਤਾਂ ਕੌਣ ਕਰੂਗਾ? ਸਹੀ ਗੱਲ ਹੈ। ਜਿਵੇਂ ਬਹੁਤ ਸਾਰੇ ਭਰਾ ਕਹਿੰਦੇ ਵੀ ਡੌਗ ਕੱਟਦੇ ਆ, ਵੀ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ? ਸੋਰੀ,
ਬਹੁਤ ਸਾਰੇ ਭਰਾ ਕਹਿੰਦੇ ਵੀ ਜਿਹੜੇ ਡੋਗ ਹੈਗੇ ਆ ਉਹ ਕੱਟਦੇ ਆ, ਤੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਡੋਗ ਕਹਿ ਦਿੰਦੇ ਆ ਕਾਫੀ, ਮੈਂ ਫੇਸਬੁੱਕ ਤੇ ਵੀ ਲਾਈਕ ਕਰਦੀ ਆ ਕਈ ਇਹ ਚੀਜ਼ਾਂ, ਮੈਨੂੰ ਪਤਾ ਹੈਗੀ ਆ ਜੀ। ਤੇ ਜੇ ਆਪਾਂ ਡੋਗ ਨੂੰ ਛੇੜਾਂਗੇ, ਉਹਨਾਂ ਨੂੰ ਆਪਾਂ ਟੱਚ ਕਰਾਂਗੇ, ਉਹਨੂੰ ਛੇੜ ਕੇ ਲੰਘਾਂਗੇ, ਇਹਨਾਂ ਨੇ ਪਿਆਣਾ ਹੀ ਹੈ ਜੀ। ਹੁਣ ਮੇਰੇ ਕੋਲ ਇਹ ਸਭ ਤੋਂ ਮਹੱਲੇ 'ਚ ਨੰਬਰ 1 ਤੇ ਡੋਗੀ ਪਿਆੜੇ ਮੰਨੇ ਗਏ ਆ ਜੀ, ਜਿਹੜੇ ਮੇਰੇ ਕੋਲ ਰਹਿੰਦੇ ਆ। ਅੱਛਾ, ਵੀ ਤੁਹਾਨੂੰ ਕੁਛ ਨਹੀਂ ਕਹਿੰਦੇ? ਮੈਨੂੰ ਕੁਛ ਨਹੀਂ ਕਹਿੰਦੇ। ਜੇ ਪਿਆਰ ਕਰਾਂਗੇ ਫਿਰ ਕੁਛ ਨਹੀਂ ਕਹਿੰਦੇ, ਜੋ ਮਾਰਾਂਗੇ ਆਪਾਂ ਆਪਣੇ ਘਰੇ ਐਂਟਰ ਆ ਗਏ, ਅੰਦਰ ਚੜ ਗਿਆ, ਰੋੜਾ ਮਾਰਿਆ, ਸੁੱਟੀ ਮਾਰੀ। ਤੁਸੀਂ ਇਹ ਦੇਖੋ ਵੀ ਜੇ ਚਿੜੀ ਵੀ ਆਉਂਦੀ ਹੈ ਕਈ ਭਜਾ ਦਿੰਦੇ, ਹਾਏ ਇੱਥੇ ਗੰਦ ਪਾ ਦੂਗੀ, ਆਲਣਾ ਪਾ ਲੈਣਾ, ਸਾਡੀ ਕੋਠੀ ਖਰਾਬ ਹੋ ਜੂਗੀ। ਬੂਟੇ ਲੱਗੇ ਆ, ਬੂਟਿਆਂ 'ਚੋਂ ਜੇ ਇੱਕ ਪੱਤਾ ਵੀ ਖਿੱਚ ਲੈਣਾ ਸਾਡੇ ਬੂਟੇ ਖਰਾਬ ਹੋ ਗਏ। ਨਹੀਂ, ਜੇ ਆਪਾਂ ਸੋਚਾਂਗੇ ਉਹਨਾਂ ਲਈ, ਹੋਰ ਕੌਣ ਸੋਚੂਗਾ? ਬਹੁਤ ਸੋਹਣੀ ਸੇਵਾ ਕਰ ਰਹੇ ਹੋ। ਦਿਖਾਓਗੇ ਜੀ ਕਿਵੇਂ ਲਾਏ ਆ ਤੁਹਾਡੇ ਰਹਿਣ ਸਿਰ? ਹਾਂ ਦੇਖੋ ਦੋਸਤੋ, ਤੁਹਾਨੂੰ ਮੈਂ ਵਿਖਾਉਣਾ। ਸਭ ਤੋਂ ਪਹਿਲਾਂ ਇਹਦੇ ਵਿੱਚ ਕਿਹੜਾ ਪੰਛੀ ਰਹਿੰਦਾ ਬਾਈ ਜੀ? ਕਮਾਦੀ ਕੁੱਕੜ ਰਹਿੰਦਾ ਇਹਦੇ ਵਿੱਚ ਜੀ। ਦੇਖੋ, ਕਮਾਦੀ ਕੁੱਕੜ ਕਮਾਦ ਦੇ ਵਿੱਚ ਰਹਿੰਦਾ, ਆਪਾਂ ਦੇਖਿਆ ਖੇਤਾਂ ਦੇ ਵਿੱਚ, ਪਰ ਬਾਈ ਹੋਰੇ ਕਮਾਦੀ ਕੁੱਕੜ ਨੂੰ ਸ਼ਹਿਰਾਂ ਦੇ ਵਿੱਚ ਲਿਆਏ, ਬੱਚੇ ਦਿੱਤੇ ਹੋਏ ਇੱਥੇ। ਆਹ ਦੇਖੋ, ਨਾਲ ਬੇਲਾਂ ਵੀ ਰੱਖੀਆਂ ਹੋਈਆਂ, ਜਟਰੂਪਾ ਦੇ ਉੱਪਰ ਚੜੀਆਂ ਹੋਈਆਂ ਬੇਲਾਂ, ਪਾਮ ਲੱਗਿਆ ਹੋਇਆ, ਨਿੰਬੂ ਲੱਗਿਆ ਹੋਇਆ। ਨਿੰਬੂ 'ਚ ਕੱਲੇ ਆ ਨਾ, ਅੱਛਾ, ਇਹ 'ਚ ਨਿੰਬੂ 'ਚ ਚਿੜੀਆਂ ਬਹੁਤ ਚਿੜੀਆਂ ਨਿੰਬੂ 'ਚ ਰਹਿ ਜਾਂਦੀਆਂ। ਆਹ ਦੇਖੋ, ਆਹ ਦੇਖੋ ਫੀਡ ਦੇ ਰਹੀ ਹੈ ਸਪੈਰੋ। ਅੱਛਾ ਅੱਛਾ, ਤੁਸੀਂ ਫਿਰ ਕਿੰਨੇ ਵਜੇ ਉੱਠਦੇ ਹੋ ਬਾਈ ਜੀ? ਬੱਚੇ ਜਦੋਂ 4:15 ਦਿਨ ਉਠਾ ਦੇਣਾ, ਮੇਰੀ ਵਾਈਫ 5 ਵਜੇ ਉੱਠ ਕੇ ਇਹਨਾਂ ਦਾ। ਅੱਛਾ, ਚੌਲ ਵਾਲ ਤੇ। ਅੱਛਾ ਅੱਛਾ ਜੀ, ਰੋਟੀ ਬਣਾ ਕੇ ਚੂਰ ਕੇ ਦੇ ਅਸੀਂ ਜੀ, ਤੇ ਲੱਡੂ ਵੀ ਪਾ ਦਿੰਦੇ ਉਹਨੂੰ ਸਵੇਰੇ ਸਵੇਰੇ ਅਸੀਂ ਜੀ ਜੀ, 5 ਵਜੇ ਇਹਨਾਂ ਨੂੰ ਬ੍ਰੇਕਫਾਸਟ ਦਾ ਰੈਡੀ ਹੁੰਦਾ। ਅੱਛਾ ਅੱਛਾ ਜੀ, ਆਹ ਦੇਖੋ ਰਹਿਣ ਬਸੇਰੇ ਲਾਏ ਹੋਏ ਆ। ਅਤੇ ਹੋਰ ਬਾਈ, ਤੁਹਾਡਾ ਮੈਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਭਰਾ, ਜਿੰਨੇ ਵੀ ਭਰਾ ਆਪਣੇ ਵੇਖ ਰਹੇ ਆ? ਮੈਂ ਕਿ ਪੂਰੇ ਵਰਲਡ ਦੇ ਉੱਪਰ ਜਿਹੜੇ ਐਡਵਾਂਸ ਕੰਟਰੀ, ਯੂਰਪ, ਅਮੈਰੀਕਾ ਵਾ, ਕੈਨੇਡਾ ਵਾ, ਉੱਥੇ ਇਹੀ ਆ, ਗੌਰਮੈਂਟ ਕਹਿੰਦੀ ਵੀ 100 ਚੋਂ 33% ਜੰਗਲ ਛੱਡ। ਹਾਂਜੀ, ਜੰਗਲ ਛੱਡਣ ਦਾ ਮਤਲਬ 100 ਚੋਂ ਜੇ ਤੁਸੀਂ ਸਾਡੀ 100 ਮਰਲਾ ਜਗ੍ਹਾ ਧਰਤੀ, ਉਹਨਾਂ ਨੂੰ ਜਿਹੜੇ ਬੇਜਵਾਨੇ ਪੰਛੀ ਆ ਜਾਂ ਜਿਹੜੀ ਕੁਦਰਤ ਆ ਜਾਨਵਰ ਆ, ਜਾਨਵਰ ਆ, ਪਸ਼ੂ ਪੰਛੀ ਆ, ਸਾਪਾ, ਨਿਓਲੇ ਆ, ਬਿੱਛੂ ਆ, ਸਹੇ ਆ, ਕੋਈ ਸਹੇ ਆ, ਸਾਰਿਆਂ ਨੂੰ ਜਗ੍ਹਾ ਚਾਹੀਦੀ ਆ। ਉਹ 33% ਜਗ੍ਹਾ ਉਹ ਛੱਡਣੀ ਪੈਂਦੀ ਆ, ਉੱਧਰ ਗੌਰਮੈਂਟ ਦਾ ਲਾਅ ਆ, ਜੇ ਤੁਹਾਡੇ ਕੋਲ 100 ਕਿੱਲੇ 33 ਛੱਡਣੇ ਪੈਣੇ। ਆਪਾਂ ਕੀ ਕਰਨ ਲੱਗ ਗਏ? ਆਪਾਂ ਪੂਰੀ ਕੰਕਰੀਟ ਕਰਤੀ, ਜਿੰਨੇ ਵੀ ਆਪਣੇ ਕਲੋਨੀਆਂ ਕੱਟਤੀਆਂ, ਦਰਖਤ ਪੱਟਤੇ, ਰਹਿਣ ਬਸੇਰੇ ਖਤਮ ਕਰਤੇ, ਪੂਰਾ ਕੰਕਰੀਟ ਕਰਤਾ 100 ਦਾ 100 ਹੀ। ਕੁਦਰਤ ਨਾਲ ਆਪਾਂ ਦੂਰ ਹੋ ਗਏ, ਦੁੱਧ ਆਪਾਂ ਪੈਕਟ ਵਾਲਾ ਪੀਣ ਲੱਗ ਗਏ, ਦਹੀਂ ਡੱਬੀ ਵਾਲਾ ਲੈਣ ਲੱਗ ਗਏ, ਕਣਕ ਆਪਾਂ ਗੁੱਚੇ ਲੈਣ ਲੱਗ ਗਏ, ਅਤੇ ਕਿੱਥੇ ਨਾਜ ਰਹੂਗਾ, ਕਿੱਥੋਂ ਇਹ ਚੁਗਣਗੇ, ਕਿੱਥੋਂ ਚੁਗਣਗੇ? ਜੇ ਕੋਈ ਬਾਜਰਾ ਜਾਂ ਕੋਈ ਚੀਜ਼ ਘਰੇ ਆਪਾਂ ਸੁਕਾਉਣੀ, ਮੇਥੀ ਜਾਂ ਧਨੀਆ ਸੁਕਾ ਲਿਆ ਜਾਂ ਦੋ ਚੀਜ਼ਾਂ ਸੁਕਾ ਲਈਆਂ, ਆਪਾਂ ਉਹਨਾਂ 'ਚ ਪੰਛੀ ਵੀ ਲੈ ਜਾਂਦੇ। ਤਾਂ ਹੁਣ ਜੇ ਗੁੱਥੀ ਆਈ, ਗੁੱਥੀ 'ਚ ਕਿਵੇਂ ਲੈਣਗੇ? ਸਹੀ ਗੱਲ ਹੈ ਜੀ। ਵੀ ਬਾਈ ਜੀ, ਪਾਣੀ ਵੀ ਰੱਖਦੇ ਹੋ ਤੁਸੀਂ ਨਾ? ਹਾਂਜੀ, ਪਾਣੀ ਪਾਣੀ ਜਿਵੇਂ ਹੁਣ ਬਹੁਤ ਸਾਰੇ ਬੰਦੇ ਕਹਿ ਦਿੰਦੇ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਪਾਣੀ ਜੇ ਕੋਈ ਰੱਖਦਾ ਤਾਂ ਉਹਨੂੰ ਸਜ਼ਾ ਹੁੰਦੀ ਆ, ਹੈ ਨਾ? ਅਤੇ ਕਿਸੇ ਬੀਬੀ ਨੇ ਰੱਖਿਆ ਸੀ, ਆਸਟ੍ਰੇਲੀਆ ਦੀ ਸ਼ਾਇਦ ਗੱਲ ਹੈਗੀ ਸੀ, ਅਤੇ ਕਿਸੇ ਬੀਬੀ ਨੇ ਰੱਖਿਆ, ਉਹਨੂੰ ਕੈਦ ਹੋਈ। ਵੀ ਕੀ ਇਹ ਰੱਖਣਾ ਸਹੀ ਆ? ਟੋਬੇ ਹੁੰਦੇ ਸੀ ਆਪਾਂ ਖਤਮ ਕਰਤੇ। ਅੱਛਾ ਜੀ, ਖੂਹ ਖਤਮ ਹੋ ਗਏ। ਹਾਂਜੀ, ਜਿਹੜੇ ਹੁੰਦਾ ਨਾਲੀਆਂ ਵਾਲਾ ਪਾਣੀ, ਚਲੋ ਕੈਮੀਕਲ ਵਾਲਾ ਪੀ ਲੈਂਦੇ ਸੀ, ਹੁਣ ਵੀ ਅੰਡਰਗਰਾਊਂਡ ਹੋ ਗਈ ਆ। ਹਾਂਜੀ, ਆਪਾਂ ਜੇ ਇਹਨਾਂ ਦਾ ਛੱਡੇ ਹੀ ਕੀ ਆ?
ਸਹੀ ਗੱਲ ਹੈ ਜੀ, ਬੰਦਾ ਤਾਂ ਫਿਲਟਰ ਵਾਲਾ ਹੀ ਪੀ ਲਊ ਹੈ ਨਾ, ਆਪਾਂ ਫਿਲਟਰ ਲਾ ਲਏ ਆਪਾਂ ਤਾਂ ਛੱਡਿਆ ਹੀ ਨਹੀਂ, ਜਦੋਂ ਜਦੋਂ ਛੱਡਿਆ ਨਹੀਂ ਫਿਰ ਆਪਾਂ ਨੂੰ ਇਹਨਾਂ ਦਾ ਬਦਲ ਦੇਣਾ ਪੈਣਾ, ਜਾਂ ਤਾਂ ਕੁਦਰਤ ਦੇ ਹਿਸਾਬ ਨਾਲ ਤੁਸੀਂ ਇਹਨਾਂ ਛੱਡੋ, ਕਿਉਂਕਿ ਜੇ ਤਾਂ ਇਹਨਾਂ ਦੇ ਹੱਥ ਪੈਰ ਹੋਣ ਫਿਰ ਤਾਂ ਆਪਾਂ ਇਹ ਕਹਿ ਦਈਏ ਵੀ ਨਲਕਾ ਗੇੜ ਕੇ ਪੀ ਲੈਣ ਹੈ ਨਾ, ਹੁਣ ਨਲਕੇ ਵੀ ਨਹੀਂ ਛੱਡੇ ਅਤੇ ਹੁਣ ਤਾਂ ਇਹ ਮੋਟਰ ਵੀ ਚਲਾ ਕੇ ਪੀ ਲੈਣ ਹੈ ਨਾ, ਪਰਾਗਣ ਕਰਿਆ ਹੈਗੀ ਉਹਦੇ ਕਰਕੇ ਉਹਨਾਂ ਦਾ ਕੁਦਰਤ ਦਾ ਚ ਪੰਛੀਆਂ ਦਾ ਆਹ ਦੇਖੋ ਇਹਦੇ ਵਿੱਚ ਕਿਹੜਾ ਮੈਨਾ ਜੀ ਕਾਮਨ ਮੈਨਾ, ਅੱਛਾ ਅੱਛਾ ਜੀ ਅੱਛਾ ਅੱਛਾ ਜੀ, ਹੁਣ ਸਾਰੇ ਅਸੀਂ ਲੇਟ ਹੋ ਗਏ ਕਿਉਂਕਿ ਸਾਰੇ ਪੰਛੀ ਇਹਨਾਂ ਨੂੰ ਆਰਾਮ ਕਰਨ ਦਾ ਸਮਾਂ, ਹਾਂਜੀ ਹਾਂਜੀ 4 ਵਜੇ ਸਵੇਰੇ ਉੱਠਣਗੇ, ਠੀਕ ਹੈ ਜੀ ਠੀਕ ਹੈ, ਚਹਿਚਾੜ ਕਰਨਗੇ ਬਈ। ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਸ਼ਹਿਰ ਦੇ ਵਿੱਚ ਰਹਿ ਕੇ ਵੀ ਇੰਨੇ ਬੇਜਵਾਨ ਪੰਛੀਆਂ ਹੁੰਦੇ, ਆਹ ਦੇਖੋ ਲੱਡੂ ਰੱਖੇ ਇਹਨਾਂ ਵਾਸਤੇ, ਅੱਛਾ ਅੱਛਾ ਜੀ ਇਹ ਚਿੜੀਆਂ ਵੀ ਖਾਂਦੀਆਂ, ਚਿੜੀਆਂ ਖਾਂਦੀਆਂ ਸਵੇਰ ਜਦੋਂ ਪਾਈ ਦੇ ਵਿੱਚ, ਹਾਂਜੀ ਇਹਨਾਂ ਨੇ ਮੇਰੇ ਹੱਥ ਕੋਲੇ ਆ ਕੇ ਬਹਿ ਗਏ, ਅੱਛਾ ਅੱਛਾ ਜੀ, ਹਾਂਜੀ ਚਿੜੀ ਹੋਵੇ ਚਿੜਾ ਹੋਵੇ ਜਾਂ ਕੋਈ ਵੀ ਕੋਇਲ ਹੋਵੇ ਜੀ ਬੁਲਬੁਲ ਹੋਵੇ, ਉਹਨਾਂ ਨੇ ਮੇਰੇ ਹੱਥ ਕੋਲੇ ਆ ਕੇ ਆਏ ਬਹਿ ਗਏ, ਮੈਂ ਬਿਲਕੁਲ ਨਹੀਂ ਡਰਦੇ, ਚਲੋ ਮੈਂ ਕਈ ਵਾਰੀ ਵੈਸੇ ਵੀ ਬਾਹਰ ਚਲੀ ਜਾਵਾਂ ਨਾ ਗੇਟ ਕੋਲ, ਉਹਨਾਂ ਨੇ ਪਹਿਲਾਂ ਇੱਥੇ ਆ ਕੇ ਬਹਿ ਜਾਣਾ, ਉਹ ਚੁਗਾ ਬਹੁਤ, ਅੱਛਾ ਠੀਕ ਹੈ ਜੀ, ਤੇ ਬਾਈ ਜੀ ਉਹ ਬਾਹਰ ਵੀ ਤੁਸੀਂ ਬਣਾਇਆ ਹੋਇਆ ਹੈ ਨਾ, ਉਹ ਵੀ ਵਿਖਾਓ ਹੈ ਨਾ, ਹਾਂਜੀ ਆਹ ਦੇਖੋ ਉਹਦੇ ਵਿੱਚ ਬੱਚੇ ਨੇ ਚਿੜੀਆਂ ਦੇ, ਅਤੇ ਬਹੁਤ ਵਧੀਆ ਬਾਈ ਹੋਰਾਂ ਨੇ ਕੰਮ ਕੀਤਾ ਹੋਇਆ, ਆਹ ਦੇਖੋ ਸਭ ਤੋਂ ਵੱਡੀ ਗੱਲ ਵੀ ਦਰਖਤ ਕਿੰਨੇ ਲਾਏ ਹੋਏ ਆ, ਆਹ ਦੇਖੋ ਕਿੰਨੀ ਵਧੀਆ ਬੇਲ ਲਾਈ ਹੋਈ ਆ ਆਹ ਦਰਖਤਾਂ 'ਤੇ, ਗੁੱਲਰ ਆਪਣਾ ਵਿਰਾਸਤੀ ਰੁੱਖ ਹੈ, ਅਤੇ ਗੁੱਲਰ ਬਾਈ ਮੈਂ ਕਹਿਣਾ ਵੀ ਇਹ ਕਦੋਂ ਲਾਇਆ ਤੁਸੀਂ ਗੁੱਲਰ? ਮੇਰੇ ਫਾਦਰ ਸਾਹਿਬ ਲੈ ਕੇ ਆਏ ਯੂਪੀ ਤੋਂ, ਅੱਛਾ ਜੀ ਯੂਪੀ ਤੋਂ, ਹਾਂਜੀ ਉਹਨਾਂ ਦੀ ਜਿਹੜੇ ਪੰਛੀ ਬੜਾ ਪਿਆਰ ਕਰਦੇ, ਬਹੁਤ ਜ਼ਿਆਦਾ ਪੰਛੀ ਆਉਂਦੇ ਜੀ ਗੁੱਲਰ 'ਤੇ, ਤੋਤੇ ਵੀ ਆਉਂਦੇ ਜੀ, ਹਾਂਜੀ ਹਾਂਜੀ ਬੁਲਬੁਲ ਵੀ ਆਉਂਦੀ, ਹਰੀਅਲ ਵੀ ਆਉਂਦੇ, ਹਰੀਅਲ ਵੀ ਆਉਂਦੀ, ਕੋਇਲ ਵੀ ਆਉਂਦੀ ਆ, ਅਤੇ ਕਾਟੋ ਵੀ ਖਾਂਦੀ ਆ ਜੀ, ਅਤੇ ਇੱਥੇ ਜਮਾਵੜਾ ਰਹਿੰਦਾ ਸਾਰਾ ਦਿਨ, ਸਹੀ ਗੱਲ ਹੈ, ਰੌਲਾ ਰਹਿੰਦਾ ਅਤੇ ਖਾਈ ਜਾਂਦੇ ਆ ਟੁੱਕੀ ਜਾਂਦੇ, ਅੱਛਾ ਅੱਛਾ ਜੀ ਇਹਦੇ ਵਿੱਚ ਬੁਲਬੁਲ ਦਾ, ਇਹਦੇ ਵਿੱਚ ਬੁਲਬੁਲ ਦਾ, ਠੀਕ ਹੈ ਇਹਦੇ ਵਿੱਚ ਬੁਲਬੁਲ ਦਾਲ ਨਾ ਜੀ, ਚਲੋ ਇਹਦੇ ਵਿੱਚ ਇੱਥੇ ਆ ਜੀ, ਚਲੋ ਠੀਕ ਹੈ ਜੀ ਕਿਉਂਕਿ ਆਪਾਂ ਇਹਨੂੰ ਡਿਸਟਰਬ ਨਾ ਕਰੀਏ, ਅਤੇ ਆਹ ਦੇਖੋ ਜੀ ਆਪਣੇ ਬਾਈ ਜੀ ਹੋਰਾਂ ਨੇ ਵਧੀਆ ਬਣਾਇਆ ਹੋਇਆ, ਗੁੱਲਰ ਹੋ ਗਿਆ, ਡੇਕਾਂ ਹੋ ਗਈਆਂ, ਮਊਆ ਲਾਇਆ ਹੋਇਆ ਜੀ ਉਹ ਜਿਹਦੇ 'ਚੋਂ, ਹਾਂਜੀ ਹਾਂਜੀ ਮਊਆ, ਮਊਆ ਦੇ ਉੱਪਰ ਵੀ ਮਊਏ ਦੇ ਤੁਸੀਂ ਤੁਸੀਂ ਮਊਏ ਦੀ ਸ਼ਰਾਬ ਤਾਂ ਸੁਣੀ ਹੋਊਗੀ ਪਰ ਤੁਸੀਂ ਦਰਖਤ ਬਾਰੇ ਸ਼ਾਇਦ ਨਾ ਜਾਣੋ, ਅਤੇ ਆਹ ਦੇਖੋ ਨਿੰਬੂ ਆ ਗਏ, ਮਸੰਮੀਆਂ, ਅਮਰੂਦ, ਦੇਖੋ ਫੁਲਵਾੜੀ ਕਿੰਨੀ ਵਧੀਆ ਲੱਗੀ ਹੋਈ ਆ, ਬਈ ਕਿਹੜੇ ਕਿਹੜੇ ਦਰਖਤ ਲਾਇਆ ਉਹ ਜ਼ਰੂਰ ਦੱਸੋ, ਹਾਂਜੀ ਹਾਂਜੀ ਸੰਤਰਾ, ਸੰਤਰਾ ਆ ਗਿਆ, ਉਹ ਅਨਾਰ, ਹਾਂਜੀ ਅਨਾਰ ਨਾਲ ਆਪਣੀ ਡੇਕ ਆ ਗਈ, ਹਾਂਜੀ ਅਤੇ ਮੌਸਮੀ ਆ ਜੀ, ਅਨਾਰ ਆ ਗਿਆ, ਨਿੰਬੂ ਆ ਜੀ ਕਾਗਜ਼ੀ, ਨਿੰਬੂ ਆ ਗਿਆ, ਕੜੀ ਪੱਤਾ ਜੀ, ਇਹ ਬੀਜ ਵੀ ਹਰੇ ਹੋ ਜਾਂਦੇ ਹੋਣੇ ਹੈ ਨਾ ਜੀ ਇਹਦੇ, ਹਾਂਜੀ ਅਤੇ ਇੱਧਰ ਵੰਗੇ ਲਾਏ ਹੋਏ, ਵੰਗੇ, ਅੱਛਾ ਅੱਛਾ ਜੀ, ਇਹ ਚੀਜ਼ਾਂ ਚਿੱਬੜ ਲਾਏ ਆ, ਵੰਗੇ ਲਾਏ ਆ, ਇਹ ਚੀਜ਼ਾਂ ਲੋਪ ਹੋ ਚੁੱਕੀਆਂ ਆਪਣੇ, ਅਤੇ ਉਹ ਬੋਗਨ ਬਿਲੀਆ ਵੇਲ ਵੀ ਲਾਈ ਹੈ ਹੈ ਨਾ, ਹਾਂਜੀ ਪੰਛੀ ਬੜਾ ਪਸੰਦ ਕਰਦੇ, ਹਾਂਜੀ ਹਾਂਜੀ ਆਹ ਕੇਲੇ ਵੀ ਲਾਤੇ ਹੈ, ਹਾਂਜੀ ਲੈ ਕਮਾਲ ਆ, ਆੜੂ ਸ਼ਿੰਗਾਰ ਆ ਜੀ, ਚੀਕੂ ਆਯੁਰਵੇਦ ਦਾ ਪਲਾਂਟ ਆ, ਹਾਰ ਸ਼ਿੰਗਾਰ, ਹਾਂਜੀ ਹਾਂਜੀ ਵਾਸਤੇ ਗੋਡਿਆਂ ਦਰਦ, ਹਾਂਜੀ ਹਾਂਜੀ ਇਹ ਖੁਸ਼ਬੂ ਬਹੁਤ ਹੁੰਦੀ ਹੈ, ਖੁਸ਼ਬੂ ਬਹੁਤ ਹੁੰਦੀ, ਇੱਥੇ ਰਹਿਣ ਵਸੇਰੇ ਵੀ ਲਾਤੇ ਪੰਛੀ, ਇਹ ਮਊਏ ਦਾ ਦਰਖਤ ਆ ਨਾ ਜੀ, ਹਾਂਜੀ ਮਊਏ ਦਾ ਜੀ, ਇਹਨੂੰ ਲੋਕ ਪੂਜਦੇ ਆ ਜੀ, ਸਹੀ ਗੱਲ ਹੈ ਜੀ, ਹਾਂ ਇਹਨੂੰ ਕਈ ਬੱਚੇ ਕਈ ਹੈਗੇ ਆ ਸਾਡੇ ਕੋਲੇ, ਹਾਂਜੀ ਸਾਲ ਛੱਡ ਕੇ ਇੱਕ ਵਾਰੀ ਇੱਥੇ ਆਉਂਦੇ ਹੁੰਦੇ, ਅੱਛਾ ਅੱਛਾ ਜੀ, ਹਾਂਜੀ ਉਹ ਇੱਥੇ ਆ ਕੇ ਇਹਨੂੰ ਪੂਜਾ ਕਰਦੇ, ਇਹ ਕਿੰਨੇ ਸਾਲ ਦਾ ਹੋ ਗਿਆ ਹੋਣਾ ਜੀ, ਇਹ ਤਾਂ ਹੋ ਗਿਆ 10 ਸਾਲ ਦਾ,
ਹੋਊਗਾ ਜੀ ਇੰਨਾ 10 ਸਾਲ ਦਾ ਹੈਗਾ ਆ ਦੇਖ ਲਓ ਜੀ ਬਾਈ ਹੋਰਾਂ ਨੇ ਉਹ ਮਸੰਮੀ ਆ ਜੀ ਇੱਧਰ ਸਾਰੀ ਸਬਜ਼ੀ ਲੱਗੀ ਹੋਈ ਹੈ ਜੀ ਇਹ ਸਬਜ਼ੀ ਬਾਈ ਤੁਸੀਂ ਆਪ ਮਿਹਨਤ ਕਰਦੇ ਹੋ ਜਾਂ ਕੋਈ ਮਾਲੀ ਰੱਖਿਆ ਹੈ ਆਪ ਹੀ ਕਰਦੇ ਅੱਛਾ ਅੱਛਾ ਸੌਂਫ ਵੀ ਆਪਣੇ ਘਰ ਦੀ ਆ ਸੌਂਫ ਲੱਗੀ ਹੋਈ ਹੈ ਅੱਛਾ ਅੱਛਾ ਲਸਣ ਅਸੀਂ ਪਿਆਜ਼ ਕਦੇ ਮੁੱਲ ਨਹੀਂ ਲਏ ਅੱਛਾ ਸਾਰਾ ਏਰੀਆ ਤੁਸੀਂ ਪੰਛੀਆਂ ਲਈ ਹਾਂਜੀ ਅਤੇ ਸਬਜ਼ੀ ਲਈ ਰੱਖਿਆ ਹੋਇਆ ਵੀ ਚੀਕੂ ਲੱਗੇ ਹੋਏ ਆ ਜੀ ਅੱਛਾ ਅੱਛਾ ਔਲੇ ਹੈਗੇ ਆ ਜੀ ਔਲੇ ਚੀਕੂ ਠੀਕ ਹੈ ਗਰਮੀਆਂ ਸਬਜ਼ੀਆਂ ਭਿੰਡੀਆਂ ਤੋਰੀਆਂ ਕੱਦੂ ਅੱਛਾ ਸਾਰੇ ਤੁਸੀਂ ਇੱਥੇ ਹੀ ਲੈਣੇ ਵੀ ਬਾਜ਼ਾਰ 'ਚੋਂ ਨਹੀਂ ਲੈਂਦੇ ਸਬਜ਼ੀ ਨਹੀਂ ਬਾਜ਼ਾਰ 'ਚ ਜੀ ਅਣਸਰ ਦੇ ਕਦੇ ਹੋ ਜੇ ਤਾਂ ਸਾਲ 'ਚ 15 ਦਿਨ ਲੰਘ ਜਾਂਦੇ ਲੰਘ ਜਾਂਦੇ ਅੱਛਾ ਅੱਛਾ ਜੀ ਬਾਹਰਲੀ ਖਾਈ ਨਹੀਂ ਸਕਦੇ ਸਵਾਦ ਵੀ ਨਹੀਂ ਲੱਗਦੀ ਹੁੰਦੀ ਨਹੀਂ ਬਹੁਤ ਵਧੀਆ ਜੀ ਤੁਹਾਡਾ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਹੁਣ ਤੁਹਾਨੂੰ ਅਸੀਂ ਕੀ ਦੇਈਏ